ਕਿਸੇ ਹੈੱਡ ਨੂੰ ਲੀਡ ਕਰਕੇ ਭੇਜਦੀ ਆ ਚੀਫ ਮਿਨਿਸਟਰ ਬਣਾ ਕੇ ਭੇਜਦੀ ਆ ਸਾਡਾ ਫਰਜ਼ ਬੰਦਾ ਉਹਦੇ ਨਾਲ ਉਹਦੀ ਵਫਾਦਾਰੀ ਦੇ ਵਿੱਚ ਹਾਈ ਕਮਾਂਡ ਦੇ ਵਿੱਚ ਵੀ ਇਹੀ ਵਫਾਦਾਰੀ ਹੁੰਦੀ ਆ ਹਾਈ ਕਮਾਂਡ ਹੀ ਚੀਫ ਮਿਨਿਸਟਰ ਭੇਜਦੀ ਆ ਅਸੀਂ ਉਸ ਚੀਫ ਮਿਨਿਸਟਰ ਨਾਲ ਵਫਾਦਾਰੀ ਨਾਲ ਕੰਮ ਕੀਤਾ ਹੈ तो जो नए चीफ मिनिस्टर हैं उन्होंने आपको आ, क्यों नहीं अपनी कैबिनेट में स्थान दिया क्यों आपके ऊपर कोई दाग था पता नहीं भाई मैं मुझे तो इस गल का ही दर्द है भाई मुझे नहीं पता जो हुआ ठीक होया, होया आपसे सामने बता दिया। आज सारे पंजाब ही देख रहा है और वहीं पर कांग्रेस के वर्कर देख रहे हैं कि आज कांग्रेस में ये चलन हो गया कि दूसरी पार्टियों से आने वाले लोग ही कांग्रेसी वर्करों पर रूल कर रहे हैं ਮੇ ਕੋ ਮਰ ਬੋਤ ਨਹੀਂ ਕੁਛ ਕਹਿਣਾ ਚਾਹੁੰਦਾ ਸਭੀ ਲੋਕ ਸਾਰੇ ਪੰਜਾਬ ਕੇ ਲੋਕ ਘਰ ਘਰ ਕੇ ਲੋਕ ਬਹੁਤ ਅਵੇਅਰ ਨੇ ਹਰੇਕ ਬਾਰੇ ਮੇਰੇ ਹਲਕੇ ਦੇ ਲੋਕ ਮੇਰੇ ਜਿੰਨੇ ਵੀ ਵੋਟਰ ਆ ਸਪੋਰਟਰ ਆ ਮੇਰੇ ਹਲਕੇ ਦੀ ਸੰਗਤ ਆ ਉਹ ਮੇਰੇ ਚੰਗੇ ਬਾਰੇ ਵੀ ਪਤਾ ਹੈ ਮੇਰੇ ਮਾੜੇ ਬਾਰੇ ਵੀ ਪਤਾ ਹੈ ਮੈਂ ਕਿਹੋ ਜਾਂ ਕਿਸੇ ਦਾ ਮੇਰਾ ਵਰਤ ਵਰਤਾ ਹੈ ਉਹ ਮੇਰੇ ਵੱਲ ਵੀ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੈ ਇਹ ਰਜ਼ਾ ਉੱਥੇ ਆਪ ਦੇ ਹਲਕਿਆਂ 'ਚ ਪਤਾ ਲੱਗ ਜਾਂਦਾ ਵੀ ਬੰਦੇ ਦਾ ਕੀ ਸੁਆ ਹੈ ਕੀ ਗੱਲਾਂ ਬਾਤਾਂ ਕੀ ਇਹਦੀ ਉੱਠਣੀ ਬੈਠਣੀ ਹੈ ਕਿ ਇਹ ਚੰਗਾ ਕਿ ਮਾੜਾ ਹੈ ਇਹ ਸਾਡੇ ਹਲਕੇ ਦੇ ਲੋਕਾਂ ਨੂੰ ਸਾਰਾ ਪਤਾ ਹੁੰਦਾ ਲੇਕਿਨ ਕਾਂਗਰਸ ਸਾਹਿਬ ਇਹ ਬਤਾਏ ਕਿ بار بار یہی ਘੁੰਮ ਫਿਰ ਕੇ ਆ ਜਾਂਦਾ ਹੈ ਕਿ ਆਪਕੀ ਜੋ ਰਿਪੋਰਟਸ ਸੀ ਕਰਪਸ਼ਨ ਕੀ ਦੂਸਰੇ ਅਲਿਗੇਸ਼ਨ ਤੇ ਜੋ ਨਵਜੋਤ ਸਿੰਘ ਸਿੱਧੂ ਨੇ ਜਾਂ ਆਪਕੇ ਵਿਰੋਧੀਆਂ ਨੇ ਹਾਈ ਕਮਾਂਡ ਕੇ ਪਾਸ ਪਹੁੰਚਾਏ ਔਰ ਉਸਕੇ ਬਾਅਦ ਹਾਈ ਕਮਾਂਡ ਨੇ ਆਪਕੋ ਨਾ ਲੈਣੇ ਦਾ ਫੈਸਲਾ ਲਿਆ ਮੈਂ ਇੱਕ ਬਾਤ ਹੀ ਆਪਸੀ ਪੁੱਛਤਾ ਹੂੰ ਤੁਸੀਂ ਸਭੀ ਪਾਰਟੀਆਂ ਸੇ ਪ੍ਰੈਸ ਕਾਨਫਰੰਸ ਕਰਤੀ ਹੈ ਸਭੀ ਪਾਰਟੀਆਂ ਕਰਤੀ ਹੈ ਤੁਸੀਂ ਆਪ ਬਤਾ ਦਿਓ ਮੇਰਾ ਨਾਮ ਕਿਸੇ ਪ੍ਰੈਸ ਕਾਨਫਰੰਸ 'ਚ ਮੇਰਾ ਨਾਮ ਲਿਆ ਕਿਸੇ ਕਰਪਸ਼ਨ ਦੇ ਵਿੱਚ ਲਿਆ ਅਕਾਲੀ ਦੰਨ ਨੇ ਲਿਆ ਆਪੜ ਨੇ ਲਿਆ ਕਿਤੇ ਹੋਰ ਕਿਤੇ ਪ੍ਰਿੰਟ ਮੀਡੀਆ 'ਚ ਮੇਰਾ ਨਾ ਆਇਆ ਦੱਸੋ ਤੁਸੀਂ ਆਪ ਦੱਸ ਦਿਓ ਵੀ ਫਲਾਣਾ ਆਦਮੀ ਪ੍ਰੈਸ ਕਾਨਫਰੰਸ ਦੇ ਵਿੱਚ ਆਪ ਨੂੰ ਰਾਜਨੀਤਿਕ ਸ਼ਿਕਾਰ ਬਣਾ ਦਿਆ ਗਿਆ ਪਤਾ ਨਹੀਂ ਜੀ ਮੈ ਤਾਂ ਸਾਨੂੰ ਸਮਝ ਨਹੀਂ ਲੱਗ ਰਹੀ ਆਪ ਇਸੇ ਕਰਕੇ ਤਾਂ ਅਸੀਂ ਤੋ ਆਪਨੇ ਹਾਈ ਕਮਾਂਡ ਕੇ ਪਾਸ ਨਹੀਂ ਗਏ ਜੋ ਜਨਰਲ ਸੈਕਟਰੀ ਇਨਚਾਰਜ ਹਨ ਹਰੀਸ਼ ਰਾਵਤ ਹੈ ਆਪਨੇ ਉਹਨਕੇ ਪਾਸ ਆਪਣੀ ਬਾਤ ਆਪਣਾ ਪੱਖ ਨਹੀਂ ਉਹਨਾਂ ਤੋਂ ਉਹਨੂੰ ਕੋ ਬੋਲਾ ਵੀ ਸਾਡੇ ਨਾਲ ਧੱਕਾ ਹੋਇਆ ਤੋ ਫਿਰ ਅਗਲਾ ਨੈਕਸਟ ਕਦਮ ਕਿਆ ਹੋਗਾ ਆਪਕਾ ਕੋਈ ਕਦਮ ਨਹੀਂ ਹੋਗਾ ਜੋ ਕਾਂਗਰਸ ਪਾਰਟੀ ਕਹੇਗੀ ਉਹ ਮੇਂ ਚਲੇ ਕੈਪਟਨ ਅਮਰਿੰਦਰ ਸਿੰਘ ਦਾ ਸਾਥ ਦੇਂਗੇ ਨਹੀਂ ਵੇਖੋ ਜੇ ਉਹ ਪਾਰਟੀ ਚ ਰਹਿਣਗੇ ਤਾਂ ਕੰਮ ਕਰਨਗੇ ਪਾਰਟੀ ਨਾਲ ਮਰ ਕੇ ਚੱਲਾਂਗੇ ਜੇ ਪਾਰਟੀ ਹਾਈ ਕਮਾਂਡ ਦੇ ਨਾਲ ਅਸੀਂ ਇਸ ਵੇਲੇ ਸੋਨੀਆ ਜੀ ਦੇ ਨਾਲ ਰਾਹੁਲ ਜੀ ਦੇ ਨਾਲ ਨਵਜੋਤ ਸਿੱਧੂ ਦੇ ਨਾਲ साडे चन्नी जी साथ नाल लेकिन सिद्धू आपसे इतनी एलर्जी क्यों करते हैं पता नहीं मैं पता बताऊं मेरे मन च तो कोई गल ही नहीं <laughs> तो उनके मन में है पता नहीं तो तूसी दस दे तो आपने उनसे पूछा नहीं है नहीं मैं तो कभी नहीं पूछा मैं तो जदो भी मिलदे कट के प्यार दंदे फिर आपसे इतना जफ भी डाल लेते हैं जिस तरह से चर्चा होती है जफ की और ਦਿੱਲੀ ਮੇ ਜਾ ਕੇ ਕੁਛ ਹੋਰ ਬੋਲ ਦਿੱਤੇ ਪਤਾ ਨਹੀਂ ਵੇਖੋ ਵੀ ਇਹ ਤਾਂ ਉਹੀ ਦੱਸ ਸਕਦੇ ਆ ਮੈਨੂੰ ਤਾਂ ਇਹਦੇ ਬਾਰੇ ਇਹ ਨਹੀਂ ਹੋ ਸਕਦਾ ਵੀ ਸਿੱਧੂ ਸਾਹਿਬ ਮੇਰੇ ਖਿਲਾਫ ਉਤੇ ਬੋਲ ਕੇ ਆਉਣਗੇ ਇਸ ਗੱਲ ਨਹੀਂ ਅ ਜਿ세 ਗੁਰਪ੍ਰੀਤ ਕਾਂਗੜ ਜੋ ਬਤਾ ਰਹੇ ਥੇ ਕਿ ਕਿਸ ਤਰ੍ਹਾਂ ਕੀ ਪ੍ਰਸਥਿਤੀਆਂ ਔਰ ਕਿਸ ਕੇ ਕਾਰਨ ਹੀ ਉਨਕੋ ਬਾਹਰ ਕਾ ਰਸਤਾ ਦਿਖਾਇਆ ਗਿਆ ਕੈਮਰਾਮੈਨ ਇੰਦਰਜੀਤ ਕੇ ਸਾਥ ਵਿਸ਼ਾਲ ਇੰਗਲਿਸ਼ ਨਿਊਜ਼ 24 ਚੰਡੀਗੜ੍ਹ